अस्सलाम वालेकुम रहमतुल्लाहि वबरकातुहू जी। अज तुहाडे वास्ते एक नवी वीडियो लैके आए असीं गावां मझां दी बछियां दी। पिंड साडा सिकंदराबाद है, फैसलाबाद रोड शेखूपुरा। असीं तुहाडा अज गपशप करावांगे मजीद साहब नाल, जिहड़े डंगर सांभदे ने, जिहड़ा सारा कुछ करदे ने। आओ जी मजीद साहब, जरा दसो तुहाडे दोस्तां नूं। वालेकुम अस्सलाम। ठीक ठाक जी, अल्लाह दा शुक्र। साडे दोस्तां नूं दसो कि कारोबार कैसा है, ਤੇ ਮਤਲਬ ਵੱਛੇ ਤੁਸੀਂ ਵਪਾਰ ਵੀ ਕਰਦੇ ਹੋ, ਡੰਗਰਾਂ ਦਾ ਦੁੱਧ ਸ਼ੁੱਧ ਦਾ ਵੀ ਕੰਮ ਕਰਦੇ ਹੋ, ਕੀ ਪਾਉਂਦੇ ਹੋ ਇਹਨਾਂ ਨੂੰ ਜਿੰਦੇ ਨਾਲ ਸਿਹਤਮੰਦ ਰਹਿੰਦੇ ਨੇ ਤੇ ਤੁਹਾਨੂੰ ਪ੍ਰੋਫਿਟ ਜ਼ਿਆਦਾ ਦਿੰਦੇ ਨੇ? ਭਾਈ ਜਾਨ, ਅਸੀਂ ਸੁੱਕੀ ਧੂੜੀ ਪਾਈਦੀ ਆ, ਨਾਲ ਚੋਕਰ ਪਾਈਦਾ ਵਾ, ਸਹੀ ਗਦਾਵਾ ਉਹਨਾਂ ਨੂੰ ਕਰੀਦਾ ਵਾ, ਵੰਡਾ ਪਾਈਦਾ ਵਾ ਸੀਡ ਵਾਲਾ, ਥੋੜਾ ਜਿਹਾ ਉਹ ਪਾਈਦਾ, ਕਿਲੋ ਕੁ ਪਾਈਦਾ ਬਸ। ਬਾਅਦ ਚ ਇਹਨਾਂ ਨੂੰ ਆਟੇ ਦਾ ਪੇੜਾ ਦੇਈਦਾ, ਘਿਓ ਸ਼ਿਓ ਦੇਈਦਾ। ਉਹਦੇ ਵਿੱਚ ਚਾਰ ਬੱਚੇ ਲਏ ਨੇ, ਹਰ ਸਾਲ ਹੀ ਲੈ ਕੇ ਰੱਖੀਦੇ ਨੇ, ਇਨਸ਼ਾਅੱਲਾ ਤਾਂ ਪਾਲੀਦਾ, ਅੱਲਾਹ ਤਾਲਾ ਰੋਟੀ ਦਿੰਦਾ ਵਾ, ਬੜੀ ਸੋਹਣੀ ਰੋਟੀ। ਇਹ ਕਾਰੋਬਾਰ ਕੈਸਾ ਮਜੀਦ ਸਾਹਿਬ? ਬੜਾ ਜ਼ਬਰਦਸਤ ਕਾਰੋਬਾਰ ਆ। ਆ ਲੈ ਲਓ ਆਪਣਾ, ਸਰਦੀਆਂ ਤੋਂ 2 ਮਹੀਨੇ ਪਹਿਲੇ ਬੱਚੇ ਲੈ ਲਓ, ਸਹੀ ਸਹੀ ਲੈ ਕੇ ਉਹਨਾਂ ਨੂੰ ਰੱਖੋ, ਸਾਂਭੋ 6 ਮਹੀਨੇ 7 ਮਹੀਨੇ, ਅਗਰ ਕਰੋ ਅੱਲਾਹ ਤਾਲਾ ਰੋਟੀ ਦਿੰਦਾ, ਬੜਾ ਸੋਹਣਾ। ਮਤਲਬ ਇੱਕ ਹੋਰ ਬੰਦਾ ਵੀ ਇਹ ਕਾਰੋਬਾਰ ਕਰਨਾ ਚਾਹੇ ਤੇ ਫਾਇਦਾ ਹੋਏਗਾ ਉਹਨੂੰ? ਹਾਂ ਇਨਸ਼ਾਅੱਲਾ ਤਾਲਾ, ਫਾਇਦਾ ਕਿਉਂ ਨਹੀਂ ਹੋਣਾ ਜੀ, ਫਾਇਦਾ ਹੁੰਦਾ। ਤੇ ਇਹ ਤੁਸੀਂ ਮੱਝਾਂ ਗਾਵਾਂ ਵੀ ਰੱਖੀਆਂ? ਹਾਂਜੀ। ਇਹਦਾ ਦੁੱਧ ਦਾ ਕੀ ਸਿਸਟਮ ਹੈ, ਕਿੰਨੇ ਦਾ ਮਤਲਬ ਤੁਸੀਂ ਵੇਚਦੇ ਹੋ ਤੇ ਕਿੰਨਾ ਵਿਕ ਜਾਏ ਤੇ ਕਿੰਨਾ ਪ੍ਰੋਫਿਟ ਹੁੰਦਾ ਤੁਹਾਨੂੰ? ਇਹ ਇੱਕ ਟਾਈਮ ਦਾ ਲੱਗੀ ਤਾਂ ਪ੍ਰੋਫਿਟ ਹੁੰਦਾ ਵਾ, ਇੱਕ ਟਾਈਮ ਦਾ ਉਹ ਖਾ ਜਾਂਦੇ ਨੇ, ਸਹੀ ਇੱਕ ਟਾਈਮ ਪ੍ਰੋਫਿਟ ਹੁੰਦੀ ਆ। ਸਹੀ ਸਹੀ। ਡੰਗਰ ਸੁਸਰਾ ਹੋਵੇ ਦੁੱਧ ਜ਼ਿਆਦਾ ਦੇ ਦਿੰਦਾ ਵਾ, ਲਿਸੇ ਵੀ ਡੰਗਰ ਮਿਲਦੇ ਆ, ਚੰਗੇ ਵੀ ਡੰਗਰ ਮਿਲ ਜਾਂਦੇ ਨੇ, ਤੇ ਅੱਲਾ ਰੋਟੀ ਦੇਣ ਡਿਆ ਵਾ ਪਾਈ ਦੀ ਪੱਠੇ ਤੇ ਦੁੱਧ। ਇਹਨਾਂ ਮਤਲਬ ਇਹ ਮਾਸ਼ਾਅੱਲਾ ਕਾਰੋਬਾਰ ਹੀ ਅੱਛਾ ਹੈ, ਜੇ ਕੋਈ ਦੂਸਰਾ ਭਰਾ ਸਾਡਾ ਕੋਈ ਵੇਖਣ ਵਾਲਾ ਕਰਨਾ ਚਾਹੇ ਤੇ ਅੱਛਾ ਕਾਰੋਬਾਰ। ਬਿਲਕੁਲ ਅੱਛਾ ਕਾਰੋਬਾਰ ਆ, ਬੰਦਾ ਲੈ ਕੇ ਰੱਖ ਲਵੇ, 1.5 ਲੱਖ ਦਾ, 70, 1 ਲੱਖ 70 ਹਜ਼ਾਰ ਦਾ, 80 ਹਜ਼ਾਰ ਦਾ, ਇੱਦਾਂ ਲੈ ਕੇ ਰੱਖ ਲਵੇ, ਉਹਨਾਂ ਦੀ ਖਿਦਮਤ ਕਰੇ, ਅੱਲਾ ਤਾਲਾ ਰੋਟੀ ਦਿੰਦਾ ਭਾਈ। ਜਾਨਵਰਾਂ ਨਾਲ ਪਿਆਰ ਕਰੋ ਤੇ ਅੱਲਾ ਵੀ ਪਿਆਰ ਕਰਦਾ, ਅੱਲਾ ਵੀ ਪਿਆਰ ਕਰਦਾ, ਰਿਜ਼ਕ ਵੀ ਅੱਛਾ ਮਿਲਦਾ। ਹਾਂਜੀ। ਤੇ ਕਿੰਨੇ ਕੁ ਡੰਗਰ ਨੇ ਤੁਹਾਡੀ ਹਵੇਲੀ 'ਚ ਇਸ ਟਾਈਮ? ਤਕਰੀਬਨ ਇਸ ਟਾਈਮ ਸਾਡੀ ਹਵੇਲੀ ਵਿੱਚ 30 ਤੋਂ 35 ਡੰਗਰ ਨੇ, ਤੇ ਲਿਆਰੀਆਂ ਵੀ ਆ, ਲਾਈਆਂ ਵੀ ਆ। ਇਹ ਮਜੀਦ ਸਾਹਿਬ, ਤੁਸੀਂ ਪੱਠੇ ਜਿਹੜੇ ਨੇ, ਹਾਂਜੀ, ਇਹ ਤੁਸੀਂ ਮੁੱਲ ਦੇ ਪਾਉਂਦੇ ਜਾਂ ਆਪਣੀਆਂ ਪੈਲੀਆਂ ਦੇ? ਆਪਣੀਆਂ ਵੀ 2-3 ਪੈਲੀਆਂ ਹੈਗੀਆਂ ਵਾ, ਤੇ ਬਾਕੀ ਮੁੱਲ ਦੇ ਲੈ ਕੇ ਪਾਈਦੇ ਨੇ ਪੱਠੇ। ਮਤਲਬ ਤੁਸੀਂ ਅਗਰ ਮੁੱਲ ਲੈ ਕੇ ਪੱਠੇ ਪਾਉਂਦੇ ਹੋ ਤੇ ਫਿਰ ਵੀ ਅੱਛਾ ਪ੍ਰੋਫਿਟ ਹੁੰਦਾ? ਹਾਂਜੀ, ਅੱਛਾ ਪ੍ਰੋਫਿਟ ਹੁੰਦਾ, ਇੱਕ ਟਾਈਮ ਦਾ ਬਚ ਜਾਂਦਾ ਦੁੱਧ, ਇੱਕ ਟਾਈਮ ਦਾ। ਇਹ ਮਤਲਬ ਕੋਈ ਦੋਸਤ ਭਰਾ ਹੋਰ ਕਰਨਾ ਚਾਹੇ ਤੇ ਬਿਜ਼ਨਸ ਅੱਛਾ ਹੈਗਾ? ਬਿਲਕੁਲ, ਬਿਜ਼ਨਸ ਅੱਛਾ ਵਾ, ਸਾਰੇ ਭਰਾ ਕਰੋ, ਇਹ ਤਾਂ ਬੜਾ ਹੀ ਫਾਇਦੇ ਵਾਲਾ ਕੰਮ ਆ ਸੁਪਾ ਡੰਗਰ। ਇਸੇ ਤਰ੍ਹਾਂ ਅਸੀਂ ਆਏ ਸਾਂ, ਅਸੀਂ ਕਿਹਾ ਲੋਕਾਂ ਨੂੰ ਜ਼ਰਾ ਮੋਟੀਵੇਸ਼ਨ ਮਿਲੇਗਾ, ਅਸੀਂ ਵੀਡੀਓ ਬਣਾਉਂਦੇ ਹਾਂ, ਨਾਲੇ ਆਪਣੇ ਪਿੰਡ ਦੇ ਡੰਗਰ ਨੇ ਸਾਡੇ, ਚਲੋ ਅਸੀਂ ਆਪਣੀ ਹਵੇਲੀ ਚੈੱਕ ਕਰਾਉਂਦੇ ਹਾਂ ਲੋਕਾਂ ਨੂੰ। ਇਹ ਮਜੀਦ ਸਾਹਿਬ ਸਾਡੇ ਭਰਾ ਨੇ, ਤੇ ਅਸੀਂ ਕਿਹਾ ਵੀ ਚਲੋ ਅੱਜ ਤੁਹਾਨੂੰ ਇਹਨਾਂ ਦਾ ਵਿਜ਼ਿਟ ਹਵੇਲੀ ਦਾ ਕਰਾਉਂਦੇ ਹਾਂ, ਤੇ ਹੁਣ ਲਿਆਦਾ ਕੈਮਰਾਮੈਨ ਸਾਡਾ, ਜਾਨਵਰ ਸਾਡੇ ਸਾਰੇ ਵਹਾਏਗਾ ਤੁਹਾਨੂੰ ਕਿ ਜਿਹੜੇ ਇਸ ਟਾਈਮ ਹਵੇਲੀ 'ਚ ਮੌਜੂਦ ਨੇ। ਬੱਚੇ ਵੱਧੇ ਨੇ, ਗਾਵਾਂ ਵੱਧੀਆਂ ਨੇ, ਸੋਹਣੇ ਡੰਗਰ ਨੇ। ਇਹ ਬੱਕਰੀਆਂ ਵੀ ਆਪ ਰੱਖੀਆਂ, ਭੇਡਾਂ ਵੀ? ਹਾਂਜੀ, ਆਪ ਹੀ ਰੱਖੀਆਂ, ਇਹ ਬੱਕਰੇ ਬੁੱਕਰੇ ਰੱਖੀਦੇ ਨੇ ਈਦ ਵਾਸਤੇ, ਤੇ ਫਿਰ ਆਪ ਹੀ ਕੁਰਬਾਨੀ ਕਰ ਲਈਦੇ, 1-2 ਲਿਆ ਕੇ ਰੱਖ ਲਈਦੇ ਨੇ, ਤੇ ਫਿਰ ਹੌਲੀ ਹੌਲੀ ਉਹ ਵੀ ਖਾਂਦੇ ਰਹਿੰਦੇ ਵਿੱਚ ਸਮਾਨ। ਤੇ ਮਨਜੀਤ ਸਾਹਿਬ, ਇਹ ਸ਼ੁਰੂ ਤੋਂ ਇਸ ਪਿੰਡ ਦੇ ਰਹਿਸੀ ਹੋ ਤੁਸੀਂ? ਹਾਂਜੀ, ਸ਼ੁਰੂ ਤੋਂ ਇਸ ਪਿੰਡ ਦੇ ਰਹਿਸੀ। ਸਹੀ ਸਹੀ ਸਹੀ। ਸ਼ੁਰੂ ਤੋਂ ਆਪਣਾ ਡੰਗਰ ਰੱਖੇ ਨੇ, ਤੇ ਉਹ ਦਾਦੇ ਨੂੰ ਸਾਡੇ ਡੰਗਰ ਰੱਖਦੇ, ਡੰਗਰ ਰੱਖਦੇ ਆ। ਮਤਲਬ ਤੁਹਾਡਾ ਤੇ ਪੁਰਾਣਾ ਕੰਮ ਹੈ ਨਾ, ਤੁਹਾਡਾ ਕੰਮ ਦਾਦਿਆਂ ਪੜਦਾਦਿਆਂ ਤੋਂ, ਨਵਾਂ ਬਿਜ਼ਨਸ ਨਹੀਂ ਹੈ ਤੁਹਾਡਾ? ਨਵਾਂ ਬਿਜ਼ਨਸ ਨਹੀਂ, ਲੇਕਿਨ ਅਸੀਂ ਇਸੇ ਤੋਂ ਬਣਾ ਰਹੇ ਹਾਂ ਵੀਡੀਓ ਕਿ ਚਲੋ ਜਿਹੜੇ ਵੇਖਣ ਵਾਲੇ ਬੰਦੇ ਨੇ, ਜੇ ਅਗਰ ਬਿਜ਼ਨਸ ਇਹ ਕਰਨਾ ਚਾਹਣ ਤੇ ਵੀ ਉਹਨਾਂ ਨੂੰ ਫਾਇਦਾ ਹੋਏਗਾ ਕਿ ਨਹੀਂ ਹੋਏਗਾ, ਤੁਹਾਡੇ ਨਾਲ ਗੱਲ ਗੱਪਸ਼ਪ ਕਰਨ ਦਾ ਮਕਸਦ ਇਹ ਹੈ। ਇਨਸ਼ਾਅੱਲਾ ਤਾਲਾ ਫਾਇਦਾ ਹੋਏਗਾ, ਨੁਕਸਾਨ ਨਹੀਂ ਹੋਏਗਾ। ਨੁਕਸਾਨ ਨਹੀਂ ਹੋਏਗਾ, ਸਾਹ ਬਚੇ ਰਹਿਣੇ ਚਾਹੀਦੇ ਆ, ਨੁਕਸਾਨ ਨਹੀਂ ਹੋਏਗਾ, ਫਾਇਦਾ ਹੋਏਗਾ, ਫਾਇਦਾ ਹੋਏਗਾ। ਇਸੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਚਲੋ ਲੋਕਾਂ ਨੂੰ ਜਿਹੜਾ ਨਾ, ਲੋਕਾਂ ਨੂੰ ਮੋਟੀਵੇਸ਼ਨ ਮਿਲਦਾ ਹੈ ਕਿ ਭਾਈ ਜੀ ਇਹ ਕਾਰੋਬਾਰ ਕੈਸਾ ਹੈ। ਬਹੁਤ ਅੱਛਾ ਕਾਰੋਬਾਰ ਆ, ਲਿਆਓ ਚੈਨਲ ਬਣਾਇਓ, ਇਸ ਮਾਲ ਦੇ ਇਹਨਾਂ ਨੂੰ ਵੇਚੋ, ਅੱਲਾ ਰੋਟੀ ਦਿੰਦਾ ਇਨਸ਼ਾਅੱਲਾ ਤਾਲਾ, ਨਹੀਂ ਬੰਦਾ ਘਾਟੇ 'ਚ ਨਹੀਂ, ਘਾਟੇ 'ਚ ਨਹੀਂ ਜਾਂਦਾ, ਅੱਲਾ ਤਾਲਾ ਸਾਹ ਉਤੋਂ ਬਸ ਵਧੇ ਹੋਣੇ ਚਾਹੀਦੇ, ਹੋਣੇ ਚਾਹੀਦੇ। ਤੁਹਾਡਾ ਵੀ ਕਾਰੋਬਾਰ ਹੈ ਨਾ, ਮੈਂ ਕਿਹਾ ਚਲੋ ਤੁਹਾਡੇ ਨਾਲ ਤੋਂ ਸਟਾਰਟ ਕਰਨੇ ਆ ਮੱਝਾਂ ਮੁੱਝਾਂ ਦਾ ਕੰਮ ਜਿਹੜਾ ਨਾ, ਵੀਡੀਓ ਬਣਾਉਣ ਦਾ, ਤੇ ਤੁਸੀਂ ਵੱਛੇ ਵੀ ਲਿਆਂਦੇ ਸਨ ਮਤਲਬ ਵਪਾਰ ਵਾਸਤੇ, ਤੇ ਡੰਗਰ ਵੀ ਨੇ ਤੁਹਾਡੇ ਕੋਲ ਦੁੱਧ ਦੁੱਧ ਵਾਸਤੇ, ਸੋਹਣੇ ਵਪਾਰ ਵੀ ਨਾਲ ਕਰੀਦਾ ਵੇਚੀ ਦੇ ਨੇ। ਕੱਲ ਸੀਗਾ ਲੁੰਡਾ, ਉਹ ਵੇਚ ਕੇ ਆਏ ਆ, ਉਹ 1,70,000 ਦਾ ਵੇਚ ਕੇ ਆਏ ਆ। ਇਹ ਖਰੀਦਿਆ ਕਿਨੇ ਦਾ ਸੀ ਮਨਜੀਤ ਸਾਹਿਬ? ਉਹ 1.5 ਲੱਖ ਦਾ ਖਰੀਦਿਆ। ਮਾਸ਼ਾਅੱਲਾ, 20,000 ਰੋਟੀ ਦੇ ਗਿਆ, ਰੋਟੀ ਦੇ ਗਿਆ, ਮਾਸ਼ਾਅੱਲਾ ਅੱਛਾ ਸੋਹਣਾ ਸੀ, ਮਾਸ਼ਾਅੱਲਾ ਪ੍ਰੋਫਿਟ ਅੱਛਾ ਹੋ ਗਿਆ ਤੁਹਾਨੂੰ, ਸੋਹਣੀ ਰੱਬ ਨੇ ਰੋਟੀ ਦਿੱਤੀ ਹੈ। ਕੈਮਰਾਮੈਨ ਸਾਹਿਬ, ਤੁਸੀਂ ਜਰਾ ਬੱਚਿਆਂ ਦਾ ਵੀ ਕਰਵਾਓ, ਨਜ਼ਦੀਕ ਹੋ ਜਾਓ ਭਾਵੇਂ। ਇਹ ਮਨਜੀਤ ਸਾਹਿਬ ਚਿੱਟਾ ਤੁਸੀਂ ਕਿੰਨੇ ਦਾ ਲਿਆ? ਇਹ 1,70,000 ਦਾ। ਇਹ ਮਾਸ਼ਾਅੱਲਾ ਸਾਂਭ ਕੇ ਤੇ ਫਿਰ ਕਿੰਨੇ ਦਾ ਹੋ ਜਾਏਗਾ? ਤਕਰੀਬਨ 2.5 ਲੱਖ ਦਾ ਹੋ ਜਾਏ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਆ ਪਰਲਾ ਦਿੱਤਾ? ਉਹ ਪਰਲਾ ਹੀ ਉਹ ਲਿਆ 1,90,000 ਦਾ। ਸਹੀ ਸਹੀ। ਤੇ ਆ ਜਿਹੜਾ ਪਰਲਾ ਚੀਨਾ ਜਿਹਾ, ਇਹ ਕੱਲ ਲਿਆਂਦਾ ਜੀ, ਇਹ ਲਿਆਂਦਾ 1,80,000 ਦਾ ਵੀ ਲਿਆ। ਕਿਹੜੀ ਮੰਡੀਆਂ ਚੋਂ ਖਰੀਦਦੇ ਜਾਨਵਰ? ਇਹ ਕਿਹੜੀ ਮੰਡੀ ਚ ਸੋਹਣਾ ਲੱਭੇ, ਫੈਸਲਾਬਾਦ ਤੋਂ, ਲਾਹੌਰੋਂ,
ਕਿੱਥੋਂ ਵੀ ਲੱਭੇ ਸੋਹਣਾ ਜਾਨਵਰ ਜਿੱਥੋਂ ਤੁਹਾਨੂੰ ਚੰਗਾ ਲੱਭੇ ਤੂੰ ਜਾਨਵਰ ਲੱਭੇ ਉਹ ਲੈ ਆਈਦਾ ਉੱਥੋਂ ਖਰੀਦ ਕੇ ਕਿਆ ਬਾਤ ਹੈ।